एसोसिएशन ऑफ एक्टिव एनजीओ में शामिल सक्रिय समाजसेवी तथा धार्मिक संस्थाओं द्वारा पाबंदी के बावजूद पतंगबाजी के लिए इस्तेमाल हो रही चाइनीज डोर के खिलाफ जागरूकता रैली निकाली गई। मेयर बलवंत रायनाथ, एसपी सिटी गुरमीत सिंह, डीएसपी गुरजीत सिंह रोमाना ने फायर ब्रिगेड चौक से इस रैली को हरी झंडी दिखाकर रवाना किया। देखो जेडी चाइना डोर है इसके नाल बंदियां दा भी नुकसान हो रहा, जानी माली नुकसान हुंदे। जेड़ा कोई मोटरसाइकिल ते कोई स्कूटर ते बंदा जा रहा है ओदे गल च पै जांदी, कई दफा इहदे नाल जानी नुकसान भी होया ते सट्टां बहुत लगदियां। सो इस दे नाल नाल जो बेजवान पंछी है ओह भी बेचारे परिंदे जेड़े हैगे आ उहनां दी मौत हो जांदी है। इस करके सानू सारिआं नूं मैं अपने वल्लों भी पूर जोर बेनती करदा हां बठिंडा वासियां नूं, देश वासियां नूं, ਵੀ ਸਾਨੂੰ ਜਿਹੜੀ ਚਾਈਨਾ ਡੋਰ ਹੈ ਇਹ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਔਰ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਮੇਰੇ ਵੱਲੋਂ ਮਤਲਬ ਇਹ ਸੁਨੇਹਾ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਬੰਦਾ ਚਾਈਨਾ ਡੋਰ ਵਰਤੋਂ ਨਹੀਂ ਹਟਦਾ ਜਾਂ ਵੇਚਣੋਂ ਨਹੀਂ ਹਟਦਾ ਉਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਉਹ ਕਰਨੀ ਚਾਹੀਦੀ ਹੈ। ਸੋ ਮੈਂ ਸਾਰੀਆਂ ਸੰਸਥਾਵਾਂ ਦਾ ਆਪਣੇ ਵੱਲੋਂ ਕੋਟਿ ਕੋਟਿ ਧੰਨਵਾਦ ਕਰਦਾ। ਜਿਹੜੀਆਂ ਦੁਕਾਨਾਂ ਦੇ ਵੇਚਦੇ ਆ ਮੈਂ ਪਰਸੋਂ ਵੀ ਫੇਸਬੁੱਕ ਤੇ ਵੀ ਦੇਖਿਆ ਸੀਗਾ, ਅਗਰ ਜੇ ਕਿਸੇ ਨੇ ਚਾਈਨਾ ਡੋਰ ਵੇਚੀ ਤੇ ਪ੍ਰਸ਼ਾਸਨ ਉੱਤੇ ਪੂਰੀ ਨਿਗਰਾਨੀ ਨਾਲ ਉਹਨੂੰ ਜਿਹੜਾ ਪਕੜ ਕੇ ਅੰਦਰ ਦੇਣਾ ਚਾਹੀਦਾ, ਉਹਦੇ ਨਾਲ ਕੋਈ ਇਲਾਜ ਨਹੀਂ ਕਰਨੀ ਚਾਹੀਦੀ। ਇਹ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਪਵੇਗਾ। ਜਿਹੜੇ ਬੱਚੇ ਹੈਗੇ ਆ ਇਸ ਨੂੰ ਵਾਤਾਵਰਨ ਨੂੰ ਸਵੱਛ ਕਰਨ ਵਾਸਤੇ ਤੇ ਸਿਕਿਉਰਿਟੀ ਵਾਸਤੇ ਪੰਛੀਆਂ ਦੀ ਤੇ ਬੰਦਿਆਂ ਦੀ ਸਿਕਿਉਰਿਟੀ ਵਾਸਤੇ ਇਹ ਪੂਰਾ ਵਰਕ ਕਰਨੀ ਹੈ, ਠੀਕ ਹੈ। ਓਕੇ, ਆਲ ਦਾ ਬੈਸਟ। ਜਿਹੜੀਆਂ ਐਨ ਜੀ ਓਜ਼ ਨੇ ਇੱਥੇ ਪ੍ਰੋਗਰਾਮ ਆਰਗੋਨਾਈਜ਼ ਕੀਤਾ ਹੋਇਆ ਉਹਨਾਂ ਦਾ ਮੈਂ ਧੰਨਵਾਦ ਕਰਦਾ। ਐਸ ਪੀ ਸਾਹਿਬ ਸਾਡੇ ਆਏ ਨੇ, ਡਾ ਗੁਰਮੀਤ ਸਿੰਘ ਐਸ ਪੀ ਸਿਟੀ, ਉਹਨਾਂ ਦਾ ਵੀ ਧੰਨਵਾਦ ਕਰਦਾ, ਪ੍ਰੈਸ ਦਾ ਵੀ ਅਤੇ ਖਾਸ ਕਰਕੇ ਬੱਚਿਆਂ ਨਾਲ। ਅਤੇ ਬਿਲਕੁਲ ਅੱਜ ਤੋਂ ਜੇ ਕੋਈ ਚਾਈਨਾ ਡੋਰ ਉਡਾਉਂਦਾ ਹੈਗਾ 100 ਨੰਬਰ 'ਤੇ ਡਾਇਲ ਕਰ ਦੇਣਾ ਤੁਸੀਂ, ਜੇ ਚਾਈਨਾ ਡੋਰ ਨਾਲ ਪਤੰਗੜ ਆ ਰਿਹਾ ਜੀ, ਠੀਕ ਹੈ। 100 ਨੰਬਰ ਤਾਂ ਸਾਰਿਆਂ ਨੂੰ ਯਾਦ ਹੋਏਗਾ। ਓਕੇ, ਮੈਨੂੰ ਤੁਹਾਡੇ ਤੋਂ ਇਹੀ ਉਮੀਦ ਆ। ਓਕੇ, ਆਲ ਦਾ ਬੈਸਟ। ਡੋਰ ਦਾ ਜਿੱਦਾਂ ਤੁਹਾਨੂੰ ਪਤਾ ਕਾਫੀ ਰੌਲਾ ਪੈਂਦਾ, ਇਨਵਾਇਰਮੈਂਟ ਜਿਹੜਾ ਹੈਗਾ ਉਹ ਵੀ ਖਰਾਬ ਹੁੰਦਾ ਔਰ ਬਰਡਸ ਦੀ ਜਿਹੜੀ ਲਾਈਫ ਹੈਗੀ ਆ ਉਹ ਵੀ ਇਹਦੇ ਨਾਲ ਚੱਲੀ ਮੱਚ ਜਾਂ ਮਨੁੱਖੀ ਜਾਨਾਂ ਵੀ ਚੱਲੇ ਆ। ਅੱਜ ਕਾਫੀ ਸਾਰੀ ਇਨਫੋਰਮੇਸ਼ਨ ਸੀ ਵੀ ਬਠਿੰਡਾ ਦੇ ਵਿੱਚ ਚਾਈਨਾ ਡੋਰ ਆਈ ਹੈ, ਜਿਹੜਾ ਅਸੀਂ ਰਾਤ ਵੀ ਜਿਹੜਾ ਲੰਬੀ ਰਾਤ ਹੈਗੀ ਆ ਔਰ ਇਨਫੋਰਮੇਸ਼ਨ ਕਾਫੀ ਸਾਰੀ ਚਾਈਨਾ ਡੋਰ ਮਿਲੀ ਸੀ ਅਤੇ ਉਹ ਅਸੀਂ ਦੇ ਸਕਦੇ ਇਹਨਾਂ ਨੂੰ ਅਵੇਅਰ ਕਰਨ ਵਾਸਤੇ। ਅੱਜ ਇੱਕ ਰੈਲੀ ਵੀ ਕੱਢੀ ਹੈਗੀ ਆ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਵੀ ਚਾਈਨਾ ਡੋਰ ਨਾਲ। ਅੱਜ ਤੋਂ ਬਾਅਦ ਠੰਡਾ ਸ਼ਹਿਰ ਵਿੱਚ ਕੋਈ ਵੀ ਚਾਈਨਾ ਡੋਰ ਲੈ ਕੇ ਆਵੇਗਾ ਜਾਂ ਪਤੰਗ ਉਡਾਏਗਾ ਉਸ ਚਾਈਨਾ ਡੋਰ ਕਾਰਵਾਈ ਦੋਨਾਂ ਦੇ ਖਿਲਾਫ ਕਰੇਗੀ। ਮੈਂ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਕਰਦਾ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਤੋਂ ਜ਼ਰੂਰ ਗੁਰੇਜ਼ ਕਰੋ, ਉਹਨਾਂ ਦੀ ਕਾਉਂਸਲਿੰਗ ਕਰੋ, ਨਹੀਂ ਤਾਂ ਫਿਰ ਕਾਰਵਾਈ ਬਰਾਬਰ ਦੀ ਜ਼ਰੂਰ ਹੋਊਗੀ। ਜਿਵੇਂ ਜੁਰਮ ਨੂੰ ਕੰਟਰੋਲ ਕਰਨ ਵਾਲਾ ਜੁਰਮ ਕਰਨ ਵਾਲਾ ਬੰਦਾ ਵੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਸਾਰੀਆਂ ਦੁਕਾਨਾਂ ਇੱਕ ਦੁਕਾਨ ਤੋਂ ਮਿਲੀ ਸੀਗੇ ਆਪਣੇ ਬਾਈਕ ਚਾਈਨਾ ਡੋਰ ਉਹਦੇ ਖਿਲਾਫ ਕੀਤੀ ਸੀ। देश विदेश टीवी के लिए बठिंडा से यशपाल और धर्मेंद्र कुमार विक्की की विशेष रिपोर्ट। नवियां अते ताजियां खबरां देखने लई साडे यूट्यूब चैनल देश विदेश टीवी नू लाइक शेयर सब्सक्राइब किया जावे। दौड़ेगा भागेगा बाबा ऑल सीजन्स के लिए कुछ भी करेगा। I'm a man of all seasons.